ਤੇ ਹੁਣ ਗੱਲ ਕਿਸਾਨਾਂ ਦੀ ਕਰੀਏ ਤਾਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਹਮੇਸ਼ਾ ਹੀ ਕਿਸਾਨਾਂ ਦੀ ਆਵਾਜ਼ ਬਣਿਆ ਹਮੇਸ਼ਾ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਉਹਨਾਂ ਦੀਆਂ ਮੰਗਾਂ ਨੂੰ ਅਸੀਂ ਪ੍ਰਮੁੱਖਤਾ ਦੇ ਨਾਲ ਦਿਖਾਇਆ ਅੱਜ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਸਮੇਂ-ਸਮੇਂ ਤੇ ਕਿਸਾਨਾਂ ਦੇ ਨਾਲ ਜੁੜੇ ਮੁੱਦਿਆਂ ਨੂੰ ਜ਼ੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਚੁੱਕਿਆ ਗਿਆ ਪਹਿਲੀ ਤਸਵੀਰ ਚਿੱਟੀ ਮੱਖੀ ਤੋਂ ਪਰੇਸ਼ਾਨ ਹੋਏ ਕਿਸਾਨਾਂ ਦੀ ਹੈ ਚਿੱਟੀ ਮੱਖੀ ਨੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਤਾਂ ਕਿਸਾਨਾਂ ਦੀ ਹਰ ਮੁਸ਼ਕਲ ਨੂੰ ਹਾਕਮ ਤੇਰ ਤੱਕ ਪਹੁੰਚਾਇਆ ਦੂਜੀ ਤਸਵੀਰ ਨਹਿਰ 'ਚ ਮਿਲੇ ਜ਼ਹਿਰ ਦੀ ਹੈ ਨਹਿਰ 'ਚ ਦਵਾਈਆਂ ਬਰਾਮਦ ਹੋਈਆਂ ਤਾਂ ਗਰਾਊਂਡ ਜ਼ੀਰੋ ਤੋਂ ਹਰ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾਈ ਕਰਜ਼ਈ ਕਿਸਾਨਾਂ ਦੀਆਂ ਤਸਵੀਰਾਂ ਮਾਨਸਾ 'ਚ ਇੱਕ ਬੈਂਕ ਦੇ ਵੱਲੋਂ ਲਾਈਆਂ ਗਈਆਂ ਤਾਂ ਸਾਡੇ ਵੱਲੋਂ ਖਬਰ ਨਸ਼ਰ ਹੋਣ ਤੋਂ ਬਾਅਦ ਬੈਂਕ ਨੂੰ ਤਸਵੀਰਾਂ ਹਟਾਉਣ ਤੇ ਮਜਬੂਰ ਹੋਣਾ ਪਿਆ ਤਰਨ ਤਾਰਨ ਦੇ ਕਰਜ਼ ਤੋਂ ਸਤਾਏ ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਹਰ ਖਬਰ ਪੂਰੀ ਸੰਜੀਦਗੀ ਦੇ ਨਾਲ ਅਸੀਂ ਨਸ਼ਰ ਕੀਤੀ।